ਮਾਨਸੂਨ ਬੜੀ ਤੇਜ਼ੀ ਦੇ ਨਾਲ ਅੱਗੇ ਵਧ ਕੇ ਅਜੇ ਰਿਕਾਰਡ ਕਾਇਮ ਕਰ ਗਿਆ ਵੀ ਪੰਜਾਬ ਤੇ ਹਰਿਆਣਾ ਪਹੁੰਚ ਗਿਆ ਕਿੱਥੇ ਕਿੱਥੇ ਪਹੁੰਚਿਆ ਇਹ ਗੱਲ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਨਵੀਂ ਵਾਰਨਿੰਗ ਇਸ਼ੂ ਹੋ ਗਈ ਹੈ ਕਿ ਮੀਂਹ ਗੜੇ ਤੇ 50 ਤੋਂ 60 ਕਿਲੋਨ ਪ੍ਰਤੀ ਘੰਟੇ ਦੀਆਂ ਹਵਾਵਾਂ ਤਾਂ ਇਹਦੀ ਵੀ ਗੱਲ ਕਰਾਂਗੇ ਕੁਲਦੀਪ ਸਿੰਘ ਸ਼ੇਰਗਿਲ ਮਰਖਾਈ ਵੱਲੋਂ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਮਾਨਸੂਨ ਪਹੁੰਚਣ ਦੇ ਲਈ ਕੋਈ ਪੈਰਾਮੀਟਰ ਹੁੰਦੀ ਹੈ ਤੇ ਉਹਨਾਂ ਪੈਰਾਮੀਟਰ ਦੇ ਆਧਾਰ ਤੇ ਭਾਰਤੀ ਮੌਸਮੀ ਵਿਭਾਗ ਨੇ ਇੱਕ ਵੈਦਰ ਫੋਰਕਾਸਟ ਬਲਟਨ ਜਾਰੀ ਕੀਤਾ ਜਿਹੜਾ ਕਿ 13 ਜੂਨ 2021 ਨੂੰ ਰਾਤ ਦੇ 8 ਵਜੇ ਜਾਰੀ ਕੀਤਾ ਹੈ। ਮਾਨਸੂਨ ਪਹੁੰਚਣ ਦਾ ਮਤਲਬ ਜੇ ਪੈਰਾਮੀਟਰ ਪੂਰੇ ਹੋ ਗਏ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਮਾਨਸੂਨ ਪਹੁੰਚ ਚੁੱਕਾ ਹੈ। ਕਿ ਮਾਨਸੂਨ ਪਹੁੰਚਣ ਦਾ ਮਤਲਬ ਇਹ ਹੁੰਦਾ ਹੈ ਕਿ ਹੁਣ ਤੁਹਾਡੇ ਲੂ ਚੱਲਣ ਦੀ ਕਿਰਿਆ ਬਹੁਤ ਘਟ ਜੇਗੀ। ਲੂ ਤੋਂ निजात ਮਿਲ ਜਾਊਗਾ ਸਾਨੂੰ। ਠੀਕ ਹੈ ਜੀ ਤੇ ਕਈ ਵਾਰੀ ਮਾਨਸੂਨ ਪਹੁੰਚ ਕੇ ਕੁਝ ਦਿਨ ਲਈ ਸੌਂ ਜਾਂਦਾ ਸੁਸਤ ਹੋ ਜਾਂਦਾ ਤੇ ਵਰਖਾ ਰੁਕ ਜਾਂਦੀ ਹੈ ਪਰੰਤੂ ਬਹੁਤ ਹੀ ਜਿਹੜਾ ਹੈਗਾ ਖੁਸ਼ੀ ਦੀ ਗੱਲ ਹੈ ਕਿ ਆਪਾਂ ਇਹ ਸੋਚਦੇ ਸੀਗੇ ਕਿ 22 ਤੋਂ ਲੈ ਕੇ 25 ਜੂਨ 2021 ਨੂੰ ਮਾਨਸੂਨ ਪਹੁੰਚੇਗਾ ਤਾਂ 2008 ਦਾ ਰਿਕਾਰਡ ਇਹਨੇ ਦੁਬਾਰਾ ਦੁਹਰਾ ਦਿੱਤਾ ਅੱਜ 13 ਜੂਨ 2021 ਨੂੰ ਮਾਨਸੂਨ ਪੰਜਾਬ ਅਤੇ ਹਰਿਆਣਾ ਪਹੁੰਚ ਗਿਆ ਇਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਇਹਨੂੰ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦੇ ਦੂੰਗਾ ਦੱਖਣ ਪੱਛਮ ਮਾਨਸੂਨ ਮੱਧ ਪ੍ਰਦੇਸ਼ ਦੇ ਕੁਝ ਭਾਗਾਂ ਪੂਰਾ ਛੱਤੀਸਗੜ 오ਡੀਸਾ ਪੱਛਮੀ ਬੰਗਾਲ ਝਾਰਖੰਡ ਪਿਆਰ ਇਹਦਾ ਪੂਰਾ ਹਿੱਸਾ ਇਹਨਾਂ ਸਟੇਟ ਦਾ ਕੁਝ ਹਿੱਸੇ ਪੂਰਬੀ ਉੱਤਰ ਪ੍ਰਦੇਸ਼ ਕੁਝ ਹਿੱਸੇ ਪੱਛਮੀ ਉੱਤਰ ਪ੍ਰਦੇਸ਼ ਨੂੰ ਪਾਰ ਕਰਦਾ ਹੋਇਆ ਪੂਰਾ ਉਤਰਾਖੰਡ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਲਦਾਖ ਗਿਲਗਤ ਬਲਿਸਤਾਨ ਮੁਜ਼ਫਰਾਬਾਦ ਇਹਨੂੰ ਸਾਰੇ ਨੂੰ ਕਵਰ ਕਰਦਾ ਹੋਇਆ ਉੱਤਰੀ ਹਰਿਆਣਾ ਪੂਰਾ ਚੰਡੀਗੜ੍ਹ ਤੇ ਉੱਤਰੀ ਪੰਜਾਬ ਦੇ ਵਿੱਚ 13 ਜੂਨ 2021 ਨੂੰ ਪਹੁੰਚ ਗਿਆ ਇਹ ਆਪਣੇ ਆਪ ਦੇ ਵਿੱਚ ਸਤਰੀ ਹੈ ਜੀ ਕਿ 13 ਜੂਨ ਨੂੰ ਮਾਨਸੂਨ ਪੰਜਾਬ ਦੇ ਤੇ ਹਰਿਆਣਾ ਦੇ ਉੱਤਰੀ ਜ਼ਿਲ੍ਹਿਆਂ 'ਚ ਪਹੁੰਚ ਗਿਆ ਇਹਨੇ ਇਹ ਵੀ ਕਿਹਾ ਹੈ ਕਿ ਕੰਡੀਸ਼ਨਸ ਅੱਗੇ ਬੜੀਆਂ ਫੇਵਰੇਬਲ ਹੈ ਜਿਹਦੇ ਕਰਕੇ ਇਹ ਜਿਹੜਾ ਹੈਗਾ ਇਹ ਜਿਹੜੇ ਬਾਕੀ ਰਹਿੰਦੇ ਹਿੱਸੇ ਹੈਗੇ ਆ ਇਹ ਉੱਤਰ ਪ੍ਰਦੇਸ਼ ਦੇ ਮੱਧ ਪ੍ਰਦੇਸ਼ ਦੇ ਤੇ ਦਿੱਲੀ ਤੇ ਕੁਝ ਇਸੇ ਜਿਹੜੇ ਹੈਗੇ ਆ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਅਗਲੇ 48 ਘੰਟੇ ਚ ਕਵਰ ਕਰ ਲੇਗਾ ਠੀਕ ਹੈ ਜੀ ਇਹ ਤੁਸੀਂ ਮੈਪ ਦੇਖ ਲਓ ਜੋ ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਤਾਂ ਇਹ ਰੇਖਾ ਜਿਹੜੀ ਕਿ ਗੁਜਰਾਤ ਆ ਇਹ ਸਾਰਾ ਮੱਧ ਪ੍ਰਦੇਸ਼ ਆਇਦਰ ਲਾ ਇਹ ਸਾਰਾ ਕਵਰ ਹੋ ਚੁੱਕਾ ਹੈ ਠੀਕ ਹੈ ਜੀ ਇਹ ਪੱਛਮੀ ਪੂਰਬੀ ਉੱਤਰ ਪ੍ਰਦੇਸ਼ ਪਹਾੜਾਂ ਦੇ ਨਾਲ ਨਾਲ ਇਹ ਰੇਖਾ ਤੁਰਦੀ ਹੋਈ ਪੱਛਮੀ ਉੱਤਰ ਪ੍ਰਦੇਸ਼ ਦਿੱਲੀ ਤੋਂ ਸਾਈਡ ਦੀ ਨਿਕਲਦੀ ਹੋਈ ਉੱਤਰਾਖੰਡ ਹਿਮਾਚਲ ਪ੍ਰਦੇਸ਼ ਜੰਮੂ ਲਦਾਖ ਗਿਲਗਤ ਬਲਿਸਤਾਨ ਇਹ ਸਾਰਾ ਏਰੀਆ ਕਵਰ ਕਰਦੇ ਹੋਏ ਆ ਹਰਿਆਣਾ ਦੇ ਉੱਤਰੀ ਜ਼ਿਲ੍ਹੇ ਤੇ ਪੰਜਾਬ ਦੇ ਆ ਉੱਤਰੀ ਜ਼ਿਲ੍ਹੇ ਇਹ ਪਾਰ ਕਰ ਗਈ ਹੈ ਠੀਕ ਹੈ ਜੀ ਤਾਂ ਇਹ ਇਹਨਾਂ ਦੇ ਅਨੁਸਾਰ ਹੈਗਾ ਹੈ ਹੁਣ ਜਿਹੜਾ ਮੌਸਮ ਦੇ ਉੱਤੇ ਮੈਂ ਨਹੀਂ ਕਹਿੰਦਾ ਕਿ ਮਾਨਸੂਨ ਆ ਗਈ ਤੇ ਬਰਸਾਤ ਅੱਜ ਹੀ ਸ਼ੁਰੂ ਹੋ ਜੂਗੀ ਮਾਨਸੂਨ ਸੁਸਤ ਵੀ ਪੈ ਜਾਂਦੀ ਹੈ ਜ਼ਰੂਰੀ ਨਹੀਂ ਹੁੰਦਾ ਕਿ ਮਾਨਸੂਨ ਪਹੁੰਚਣ ਤੋਂ ਬਾਅਦ ਲਗਾਤਾਰ ਵਰਖਾ ਹੁੰਦੀ ਰਹੇ ਪਰੰਤੂ ਲੂ ਤੋਂ ਰਾਹਤ ਮਿਲ ਜਾਂਦੀ ਹੈ ਹਵਾ ਦਾ ਰੁਖ ਬਦਲ ਜਾਂਦਾ ਹੈ ਮਾਨਸੂਨ ਪਹੁੰਚਣ ਦੇ ਨਾਲ ਇਹ ਵੱਡਾ ਫਾਇਦਾ ਹੁੰਦਾ ਹੈ ਤੇ ਵੈਦਰ ਵਾਰਨਿੰਗ ਤੋਂ ਹੀ ਤੁਹਾਨੂੰ ਕਲੀਅਰ ਹੋ ਜਾਏਗਾ ਦੇਖੋ ਜੀ ਪੂਰੇ ਪੰਜਾਬ ਦੇ ਵਿੱਚ 13 14 15 16 17 ਜੂਨ 2021 ਦੇ ਦਰਮਿਆਨ ਆਨ ਆਫ ਵਰਖਾ ਹੁੰਦੀ ਰਹੂਗੀ। ਜਿਆਦਾ ਵਰਖਾ ਵਾਲਾ ਦਿਨ ਰਹੇਗਾ 15 ਜੂਨ 2021 ਜਿਹਦੇ ਵਿੱਚ ਔਰੇਂਜ ਕਲਰ ਦੀ ਵਾਰਨਿੰਗ ਹੈ ਪੂਰੇ ਪੰਜਾਬ ਦੇ ਵਿੱਚ ਤੇ ਭਾਰੀ ਵਰਖਾ ਹੈ। ਜੀਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਹਵਾਵਾਂ ਤੇ ਗੜੇ ਹੈ। ਥੰਡਰ ਸਟਾਰਮ ਹੈ, ਬਿਜਲੀ ਲੇਸ਼ਕੜਾ, ਬਿਜਲੀ ਡਿੱਗਣਾ ਹੈ। ਪਰ ਧਿਆਨ ਰੱਖਿਓ ਪਠਾਨਕੋਟ ਵਾਲੇ ਗੁਰਦਾਸਪੁਰ ਵਾਲੇ ਸ਼੍ਰੀ ਅਮਰਸਾਤ ਸਾਹਿਬ ਹੁਸ਼ਿਆਰ ਪਰ ਇਹ ਜਿਹੜੇ ਜ਼ਿਲ੍ਹੇ ਐ ਇੱਥੇ ਭਾਰੀ ਤੋਂ ਅਤੀ ਭਾਰੀ ਵਰਖਾ ਲਿਖਿਆ ਇਹਨਾਂ ਨੇ 15 ਜੂਨ 2021 ਨੂੰ ਔਰੇਂਜ ਵਾਰਨਿੰਗ 13 14 15 ਤਿੰਨੇ ਦਿਨਾਂ ਦੀ ਐ ਬਾਅਦ ਚ ਯੈਲੋ ਐ ਪਰੰਤੂ ਇਹਨਾਂ ਜ਼ਿਲ੍ਹਿਆਂ ਦੇ ਵਿੱਚ 15 ਨੂੰ ਹੈਵੀ ਟੂ ਵੈਰੀ ਹੈਵੀ ਐ ਤਰਨ ਤਰਨ 15 ਜੂਨ ਨੂੰ ਭਾਰੀ ਵਰਖਾ ਤੇ ਇਸੇ ਤਰੀਕੇ ਦੇ ਨਾਲ ਇਹ ਜਿਹੜੇ ਇਹ ਇੱਕ ਸੈੱਟ ਕਵਰ ਹੋ ਗਿਆ ਤੇ ਮੈਂ ਅਗਲੇ ਸੈੱਟ ਤੇ ਜਾਣਾ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ਼੍ਰੀ ਮੁਕਤਸਰ ਸਾਹਿਬ ਮੋਗਾ ਬਠਿੰਡਾ 13 ਤੋਂ ਲੈ ਕੇ 14 ਦੀ ਸਵੇਰ ਤੱਕ orange ਕਲਰ ਦੀ ਵਾਰਨਿੰਗ ਆ 14 ਨੂੰ yellow ਦੀ ਐ 16 17 ਨੂੰ yellow ਐ ਮੇਨ 15 ਨੂੰ ਐ ਭਾਰੀ ਵਰਖਾ ਤੇ ਹਵਾ ਦੀ ਸਪੀਡ ਉਹੀ ਤੇ ਗੜੇ ਇਹ ਸਾਰੇ ਦੀ yellow ਵਾਰਨਿੰਗ ਐ ਐਸਐਸ ਨਗਰ ਪਟਿਆਲਾ ਰੂਪਨਗਰ ਫਤਿਹਗੜ੍ਹ ਸਾਹਿਬ ਸੰਗਰੂਰ ਮਾਨਸਾ ਬਰਨਾਲਾ ਲੁਧਿਆਣਾ 13 ਤੋਂ ਲੈ ਕੇ 14 ਦੀ ਸਵੇਰ ਤੱਕ ਵੀ ਕੁਝ ਜ਼ਿਲ੍ਹਿਆਂ 'ਚ ਭਾਰੀ ਵਰਖਾ ਹੋ ਸਕਦੀ ਹੈ 14 16 17 ਦੀ ਔਰ ਜੈਲੋ ਵਾਰਨਿੰਗ ਹੈ ਮੇਨ ਦਿਨ ਹੈਗਾ 15 ਵਾਲਾ ਜਿੱਦੇ ਕਿ ਭਾਰੀ ਵਰਖਾ ਗੜੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀਆਂ ਹਵਾਵਾਂ ਤੇ ਗਰਮੀ ਹੁਣ ਕਿੱਥੋਂ ਰਹਿ ਜੂਗੀ ਗੱਲ ਕਰਾਂਗੇ ਚੰਡੀਗੜ੍ਹ ਦੀ ਤੇ ਚੰਡੀਗੜ੍ਹ ਦਾ ਮੌਸਮ ਵੀ ਸੇਮ ਹੈ 13 ਤੋਂ ਲੈ ਕੇ 14 ਦੀ ਸਵੇਰ ਤੱਕ ਭਾਰੀ ਵਰਖਾ 14 16 17 ਥੰਡਰਸਟਾਰਮ ਬਿਜਲੀ ਲਸ਼ਕਣ ਦੀ yellow warning 15 ਨੂੰ ਭਾਰੀ ਵਰਖਾ ਹਰਿਆਣਾ ਦੀ ਗੱਲ ਕਰੀਏ ਤਾਂ ਪੂਰੇ ਹਰਿਆਣੇ ਦੇ ਵਿੱਚ ਇਹ ਸਿਸਟਮ ਹੈ 15 ਨੂੰ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀਆਂ ਹਵਾਵਾਂ ਗੜੇ ਥੰਡਰਸਟਾਰਮ ਬਿਜਲੀ ਲਸ਼ਕਨਾ ਬਿਜਲੀ ਡਿੱਗਣ ਦੀਆਂ ਘਟਨਾਵਾਂ ਤੇ orange ਕਲਰ ਦੀ warning ਹੈ 15 ਦੀ ਤੇ 13 ਨੂੰ ਵੀ ਕੁਝ ਜਗ੍ਹਾ ਹੋ ਰਹੀਦੀ ਹੈ 14 16 17 ਨੂੰ yellow ਕਲਰ warning ਹੈ ਭਾਰੀ ਤੋਂ অতি ਭਾਰੀ ਵਰਖਾ ਇਹਨਾਂ ਨੇ ਕਿਹਾ ਹੈ ਪੰਚਕੁਲਾ ਅੰਬਾਲਾ ਯਮਨਾ ਨਗਰ ਇਹ ਜਿਹੜੇ ਜ਼ਿਲ੍ਹੇ ਆ ਭਾਰੀ ਤੋਂ অতি ਭਾਰੀ ਵਰਖਾ ਹੋਏ ਹੋਣ ਦੀ ਸੰਭਾਵਨਾ 15 ਨੂੰ ਕਰਨਾਲ ਕੈਥਲ ਕੁਰੂਕhetra ਇੱਥੇ ਭਾਰੀ ਵਰਖਾ ਹੈਗੀ ਆ 15 ਤਰੀਕ ਨੂੰ ਮਹਿੰਦਰਗੜ ਰਵਾਰੀ ਜੱਜਰ ਗੁਰੂਗਰਾ ਮਿਵਾਤ ਪਲਵੜ ਫਰੀਦাবাদ ਰੋहतक ਸੋਨੀਪਾਤ ਪਾਣੀਪਤ 13 14 16 17 ਨੂੰ yellow warning ਹੈ ਥੰਡਰਸਟੋਰਮ ਬਿਜਲੀ ਲਿਸ਼ਕਣ ਦੀ ਪਰੰਤੂ ਜਿਹੜਾ ਹੈਗਾ 15 15 ਨੂੰ ਜਿਹੜਾ ਹੈਗਾ orange color ਦੀ warning ਹੈ ਤੇ ਜਿਹੜੇ ਜ਼ਿਲ੍ਹੇ ਹੈਗੇ ਜਿਵੇਂ ਤੁਹਾਡਾ ਪਾਣੀਪਤ ਸੋਨੀਪਤ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਭਾਰੀ ਵਰਖਾ ਦੀ warning ਹੈਗੀ ਆ orange color ਦੀ 15 ਤਰੀਕ ਦੀ ਸਿਰਸਾ ਫਤਿਆਬਾਦ ਹਿਸਾਰ ਜੀਨ ਹਿਸਾਰ ਬਿਵਾਨੀ ਚਰਖੀਦਾਦਰੀ 13 ਤੋਂ 14 ਦੀ ਸਵੇਰ ਤੱਕ ਤੇ 15 ਤਰੀਕ ਨੂੰ orange color ਦੀ warning ਹੈ ਤੇਜ਼ ਹਵਾ 15 ਨੂੰ ਨਾਲ ਗੜੇ ਵੀ ਹੈ ਬਿਜਲੀ ਲਿਸ਼ਕਣਾ ਤੇ 14 15 16 ਨੂੰ ਥੰਡਰਸਟਾਰਮ ਤੇ ਬਿਜਲੀ ਲਿਸ਼ਕਣ ਦੀ yellow warning ਹੈ ਪਰੰਤੂ ਭਾਰੀ ਵਰਖਾ ਜਿਹੜੀ 15 ਤਰੀਕ ਨੂੰ ਹੋਏ ਉਹ ਹੈਗੀ ਹੈ ਜੀਂਦ ਦੇ ਵਿੱਚ ਤੇ ਜੀਂਦ ਦੇ ਵਿੱਚ ਭਾਰੀ ਵਰਖਾ ਦੀ orange color ਦੀ warning ਇਹਨਾਂ ਨੇ ਜਾਰੀ ਕੀਤੀ ਹੈ ਠੀਕ ਹੈ ਜੀ ਤਾਂ ਬਕਾਇਦਾ ਏ ਵੀ ਆ ਗਿਆ ਕਿ ਵੀ ਜਿਹੜਾ ਹੈਗਾ ਪਾਣੀ ਭਰ ਸਕਦਾ ਹੈ ਦਰਖਤਾਂ ਤੋਂ ਦੂਰ ਰਵੋ ਤੇ ਵਿਜ਼ਿਬਿਲਟੀ ਜ਼ੀਰੋ ਹੋਏਗੀ ਬਾਹਰ ਨਾ ਨਿਕਲੋ ਨਦੀ ਦੇ ਕਿਨਾਰੇ ਨਾ ਜਾਓ ਇਹ ਸਾਰਾ ਕੁਝ ਵਾਰਨਿੰਗ ਦੇ ਵਿੱਚ ਇਹਨਾਂ ਨੇ ਸ਼ਾਮਲ ਕਰ ਲਿਆ ਗੰਗਾ ਨਗਰ ਹਰਮਾਨਗੜ ਤੇਜ਼ ਹਨੇਰੀ ਹੈ ਮਾਨਸੂਨ ਦਾ ਪ੍ਰਭਾਵ ਤੁਹਾਡੇ ਤੇ ਵੀ ਪਏਗਾ ਭਾਵੇਂ ਮਾਨਸੂਨ ਹਜੇ ਨਹੀਂ ਆ ਰਿਹਾ ਤੁਹਾਡੇ ਕੋਲੇ ਪਰੰਤੂ 13 ਤੋਂ ਲੈ ਕੇ 16 ਤੱਕ ਵਰਖਾ ਹੋ ਸਕਦੀ ਹੈ ਠੀਕ ਹੈ ਜੀ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜਾ ਹੁਣ ਵਰਖਾ ਦਾ ਦੌਰ ਸੀਗਾ ਇਸ ਦੌਰ ਦੇ ਨਾਲ ਤੁਹਾਡੇ ਜਿਹੜਾ ਮੇਨ ਦੌਰ ਸ਼ੁਰੂ ਹੋਏਗਾ 15 16 ਅਤੇ 17 ਨੂੰ ਜਦੋਂ ਗੰਗਾ ਨਗਰ ਹਰਮਾਨਗੜ ਦਾ ਲਗਭਗ 50% ਏਰੀਆ ਵਰਖਾ ਕਵਰ ਕਰੇਗੀ ਹਿਮਾਚਲ ਪ੍ਰਦੇਸ਼ ਚ ਲਗਾਤਾਰ 17 ਤੱਕ 75% ਜੰਮੂ ਕਸ਼ਮੀਰ ਲਦਾਖ ਦਾ 50 ਤੋਂ 75% ਉੱਤਰਾਖੰਡ 50 ਤੋਂ 75 ਤੋਂ 100% ਏਰੀਆ ਵਰਖਾ ਕਵਰ ਕਰੇਗੀ ਪੱਛਮੀ ਉੱਤਰ ਪ੍ਰਦੇਸ਼ ਦਾ ਜ਼ਿਲ੍ਹੇवार ਗੱਲ ਕਰਨ ਦੀ ਮੇਰੇ ਖਿਆਲ ਜ਼ਰੂਰਤ ਨਹੀਂ ਜ਼ਿਆਦਾਤਰ ਹਿੱਸੇ ਦੇ ਵਿੱਚ ਅਗਲੇ 48 ਘੰਟਿਆਂ ਚ ਮਾਨਸੂਨ ਪਹੁੰਚ ਜਾਏਗਾ ਤੇ ਵਰਖਾ ਜਿਹੜੀ ਹੈਗੀ ਹੈ ਲਗਭਗ ਤੁਸੀਂ ਇਹ ਕਹਿ ਸਕਦੇ ਹੋ ਕਿ 51 ਤੋਂ ਲੈ ਕੇ 75% ਏਰੀਆ ਵਰਖਾ ਕਵਰ ਕਰ ਸਕਦੀ ਹੈ ਤਾਂ ਦੋਸਤੋ ਇਹ ਸੀ ਮੌਸਮ ਤੇ ਬੜੀ ਖੁਸ਼ਖਬਰੀ ਵਾਲੀ ਗੱਲ ਹੈ ਕਿ ਮਾਨਸੂਨ ਜਲਦੀ ਪਹੁੰਚ ਗਿਆ ਲੂ ਤੋਂ ਬਚ ਜਾਗੇ ਜਿਹੜਾ ਜਿਹੜੇ ਹਿੱਸੇ ਚ ਮਾਨਸੂਨ ਪਹੁੰਚਦਾ ਰਹੇਗਾ ਉਥੋਂ ਲੂ ਤੋਂ ਬਚਦੇ ਰਵਾਂਗੇ ਦੋ ਯਰ ਅੱਠ ਤੋਂ ਬਾਅਦ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਹੈ ਕਿ 13 ਜੂਨ 2021 ਨੂੰ ਮਾਨਸੂਨ ਪਹੁੰਚ ਗਿਆ ਮੈਂ ਕਿ 13 ਜੂਨ ਨੂੰ ਪਹੁੰਚਿਆ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ